ਜੂਨ ਨੂੰ ਰਾਤ 10:30 ਵਜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ 2200 ਫੌਜੀ ਜਵਾਨ ਬੂਟਾ ਸਮੇਤ ਅੰਦਰ ਭੇਜਿਆ ਗਿਆ, ਜਿਨ੍ਹਾਂ ਨੂੰ 1700 ਜਵਾਨ ਕਵਰਿੰਗ ਫਾਇਰ ਦੇਂਦਾ ਸੀ। 2600 ਜਰਨੈਲ ਸਿਪਾਹੀ ਰਿਜ਼ਰਵ ਰੱਖਿਆ ਗਿਆ, ਜਿਨ੍ਹਾਂ ਨੇ ਇਹਦੇ ਤੋਂ ਬਾਅਦ ਅੰਦਰ ਜਾਣਾ ਸੀ। ਇਹਨਾਂ ਨੇ ਰੀਂਗਦੇ ਹੋਏ ਜਾਣਾ ਸੀ ਕੋਹਣੀਆਂ ਦੇ ਪਾਰ। ਔਰ ਕਹਿੰਦਾ ਜਦੋਂ 2200 ਜਵਾਨ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਦਾਖਲ ਹੋ ਗਿਆ, ਸਾਡੇ ਭਾਅ ਦੀ ਪਰਲੋ ਆ ਗਈ, ਕਿਉਂਕਿ ਜਿਹੜਾ 2200 ਜਵਾਨ ਅੰਦਰ ਦਾਖਲ ਹੋਇਆ ਸੀ ਔਰ 1700 ਕਵਰਿੰਗ ਫਾਇਰ ਦੇ ਰਿਹਾ ਸੀ, ਉਹ ਕਹਿੰਦਾ 15 ਮਿੰਟ ਦੇ ਵਿੱਚ ਸਿਰਫ ਇਹਨਾਂ 'ਚ 163 ਬੰਦੇ ਜਿਉਂਦੇ, ਬਾਕੀ ਬੱਚੇ 163, ਬਾਕੀ ਸਾਰੇ ਦੇ ਸਾਰੇ ਸਿੰਘਾਂ ਨੇ ਜਿਹੜੇ ਸਨ ਮੌਤ ਦੇ ਘਾਟ ਉਤਾਰ ਦਿੱਤੇ। ਦੁਹਾਈ ਮੱਚ ਗਈ, ਜਿਹੜੇ ਫੌਜੀ ਰੀਂਗ ਕੇ ਜਾ ਰਹੇ ਸਨ ਉਹਨਾਂ ਦੀਆਂ ਲਾਸ਼ਾਂ 4-4 ਫੁੱਟ ਜ਼ਮੀਨ ਤੋਂ ਉੱਚੀਆਂ ਬੁੜਕ ਰਹੀਆਂ ਸਨ, ਔਰ ਇੱਕ ਇੱਕ ਗੋਲੀ ਦੋਵਾਂ ਦੇ ਸਰੀਰ ਚੋਂ ਬਾਹਰ ਅੰਦਰ ਜਾ ਰਹੀ ਸੀ। 163 ਬੰਦੇ ਉਹ ਹਨ ਜਿਹੜੇ ਬਿਲਕੁਲ ਨੌਂਬਰ ਨੌਂ ਹਨ, ਇਹਨਾਂ 'ਚ ਕੁਝ ਫਟਰ ਹਨ। ਮਰਨ ਵਾਲਿਆਂ ਦੀ ਗਿਣਤੀ 2000 ਤੋਂ ਵੱਧ ਹੈ, ਔਰ ਇੱਕ ਬੰਦੇ ਦਾ ਨੁਕਸਾਨ ਕੀਤੇ ਬਗੈਰ ਅਸੀਂ ਵਾਪਸ ਆ ਗਏ। ਅਸੀਂ ਅਲਾਰਮ ਖੜਕਾ ਦਿੱਤਾ, ਇਹ ਆਰਮੀ ਵਾਲੇ ਬਿਹਤਰ ਜਾਣਦੇ ਹਨ ਕਿ ਉਹ ਕਿਉਂ ਖੜਕਾਇਆ ਜਾਂਦਾ ਹੈ, ਕਿ ਜੋ ਕੁਝ ਹੈ ਛੱਡ ਕੇ ਵਾਪਸ ਆ ਜਾਓ। ਇਹਨਾਂ 'ਚੋਂ 1780 ਬੰਦੇ ਉਹ ਸਨ ਕਹਿੰਦੇ ਜਿਹੜੇ ਮੌਤ ਦੇ ਫਰਿਸ਼ਤੇ ਸਨ ਔਰ ਜਿਨ੍ਹਾਂ ਨੇ 1971 ਵਿੱਚ ਦੁਸ਼ਮਣ ਦੇ ਦੰਦ ਖੱਟੇ ਕਰਕੇ ਰੱਖ ਦਿੱਤੇ ਸਨ, ਉਹ ਸਾਰੇ ਦੇ ਸਾਰੇ ਮਾਰੇ ਗਏ। ਔਰ ਕਹਿੰਦਾ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਸੀ, ਅਸੀਂ ਸੌ ਕੇ ਨਹੀਂ ਵੇਖਿਆ ਕਿ ਅਸੀਂ 2000 ਬੰਦਾ ਅੱਧੇ ਘੰਟੇ ਦੇ ਵਿੱਚ ਵਿੱਚ ਮਰਵਾ ਲਿਆ, ਪਰ ਦੁਸ਼ਮਣ ਦਾ ਇੱਕ ਬੰਦਾ ਵੀ ਅਸੀਂ ਨਹੀਂ ਮਾਰ ਸਕੇ। ਉਹ ਸ਼ਬਦ ਦੁਸ਼ਮਣ ਲਿਖਦਾ, ਅਸੀਂ ਤੇ ਸਿੰਘ ਲਿਖਾਂਗੇ, ਸਿੰਘ ਆਖਾਂਗੇ। ਹਮਲਾ ਮੁਲਤਵੀ ਕਰ ਦਿੱਤਾ ਗਿਆ। ਅਗਲੇ ਦਿਨ 7 ਵਜੇ ਅਸੀਂ ਲਾਊਡ ਸਪੀਕਰ ਰਾਹੀਂ ਭਿੰਡਰਾਂ ਵਾਲੇ ਨੂੰ ਅਪੀਲ ਕੀਤੀ, ਅਪੀਲ ਸ਼ਬਦ ਲਿਖਦਾ ਉਹ ਕਿ ਜੇਕਰ ਤੁਸੀਂ ਫਾਇਰਿੰਗ ਬੰਦ ਕਰ ਦਿਓ ਤੇ ਅਸੀਂ ਆਪਣੀਆਂ ਲਾਸ਼ਾਂ ਇੱਥੋਂ ਚੁੱਕਣਾ ਚਾਹੁੰਦੇ ਹਾਂ। ਕਹਿੰਦਾ ਉਹਨਾਂ ਨੇ ਅਪੀਲ ਮਨਜ਼ੂਰ ਕੀਤੀ, 300 ਬੰਦਾ ਮੰਗਾਇਆ ਗਿਆ। 1.5 ਘੰਟੇ 'ਚ 300 ਬੰਦੇ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚੋਂ ਫੌਜੀਆਂ ਦੀਆਂ ਲਾਸ਼ਾਂ ਨੂੰ ਚੁੱਕਿਆ, 300 ਬੰਦੇ ਨੇ 1.5 ਘੰਟੇ ਵਿੱਚ। ਕਿੰਨਾ ਬੰਦਾ ਮਰਿਆ ਹੋਵੇਗਾ ਅੰਦਾਜ਼ਾ ਲਗਾ ਸਕਦੇ? ਫਿਰ ਸਾਰੀ ਰਾਤ ਔਰ ਸਾਰਾ ਦਿਨ ਸਾਡੀ ਇਹ ਮੀਟਿੰਗ ਚੱਲਦੀ ਰਹੀ ਕਿ ਹੁਣ ਕੀਤਾ ਕੀ ਜਾਵੇ। ਫਿਰ ਅਸੀਂ ਇੱਕ ਨਵਾਂ ਪੈਂਤੜਾ ਬਣਾਇਆ, 11 ਹੈਲੀਕਾਪਟਰ ਮੰਗਾਏ ਗਏ। ਇਹ ਉਹ ਗੱਲਾਂ ਹਨ ਜਿਹੜੀਆਂ ਅੱਜ ਤੱਕ ਸਾਡੇ ਸਾਹਮਣੇ ਸ਼ਾਇਦ ਕਦੀ ਨਹੀਂ ਆਈਆਂ। ਜਿਹੜਾ ਆਪਰੇਸ਼ਨ ਦੀ ਕਾਰਵਾਈ ਕਰ ਰਿਹਾ ਸੀ ਹੂ ਬਹੂ ਤਸਵੀਰ ਲਿਖ ਰਿਹਾ, ਉਹ ਕਹਿੰਦਾ 11 ਹੈਲੀਕਾਪਟਰ ਦੇ ਰਾਹੀਂ 912 ਕਮਾਂਡੋ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਛੱਤਾਂ ਦੇ ਉੱਤੇ ਉਤਾਰੇ ਗਏ। ਇਹ 912 ਕਮਾਂਡੋ ਨਹੀਂ ਸਨ, ਇਹ ਮੌਤ ਦੇ ਫਰਿਸ਼ਤੇ ਸਨ। ਹਰ ਕਮਾਂਡੋ ਦੇ ਕੋਲ 60-60 ਗ੍ਰਨੇਡ ਸਨ। ਇਹਨਾਂ ਦਾ ਕੰਮ ਹੀ ਉਤਲੀਆਂ ਛੱਤਾਂ ਨੂੰ ਕਵਰ ਕਰਨਾ ਔਰ ਉਹਨਾਂ ਨੂੰ ਖਾਲੀ ਕਰਾਉਣਾ, ਔਰ ਬਾਅਦ ਵਿੱਚ ਥੱਲੇ ਦੀਆਂ ਛੱਤਾਂ ਦੇ ਉੱਤੇ ਗ੍ਰਨੇਡ ਸੁੱਟ ਕੇ ਇਹਨਾਂ ਸਾਰਿਆਂ ਨੂੰ ਵਿੱਚੇ ਹੀ ਮਾਰ ਦੇਣਾ।
ਹੈਲੀਕਾਪਟਰ ਇਹਨਾਂ 912 ਕਮਾਂਡੋ ਨੂੰ ਉਤਾਰ ਕੇ ਜਦੋਂ ਚਲੇ ਗਏ, ਕਹਿੰਦਾ ਸਾਡੇ ਜਵਾਨਾਂ ਨੇ 1.5 ਲੱਖ ਗੋਲੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਚਲਾਈ, 1 ਘੰਟੇ ਚ 1.5 ਲੱਖ। ਉਧਰੋਂ ਹੈਲੀਕਾਪਟਰ ਗੋਲੀ ਚਲਾ ਰਿਹਾ ਸੀ, ਜਿਹੜੀ ਗੋਲੀ ਦੀ ਉਹ ਗਿਣਤੀ ਦੱਸਦਾ, ਕਹਿੰਦਾ 1 ਮਿੰਟ ਚ 15,000 ਰਾਊਂਡ ਫਾਇਰ ਕਰ ਰਿਹਾ ਸੀ 1 ਮਿੰਟ ਵਿੱਚ, ਤਾਂ ਕਿ ਸਿੰਘਾਂ ਨੂੰ ਪਤਾ ਨਾ ਲੱਗੇ ਕੀ ਹੋ ਰਿਹਾ। ਸਾਡੇ ਕਮਾਂਡੋ ਕਾਲੇ ਸਨ, ਪਰ ਕਹਿੰਦਾ ਹੋਇਆ ਕਿ ਇਹ 2 ਜੂਨ ਦਾ ਵਾਕਿਆ ਹੈ, ਮਾਫ ਕਰਨਾ 3 ਜੂਨ ਦਾ। ਉਹ ਕਹਿੰਦਾ ਹੋਇਆ ਕਿ ਮਿੰਟਾਂ ਸਕਿੰਟਾਂ ਚ ਸਾਡੇ 912 ਜਵਾਨ ਇਹਨਾਂ ਛੱਤਾਂ ਦੇ ਉੱਤੇ ਦਾਣਿਆਂ ਵਾਂਗ ਪੁੱਜਣ ਲੱਗੇ, ਔਰ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਗੋਲੀ ਆ ਕਿੱਧਰੋਂ ਰਹੀ ਹੈ। 1800 ਮੀਟਰ ਤੱਕ ਮਾਰ ਕਰਨ ਵਾਲੀਆਂ ਮਸ਼ੀਨ ਗੰਨਾਂ ਦੇ ਨਾਲ ਇਹ ਫਾਇਰਿੰਗ ਹੋ ਰਹੀ ਸੀ। ਔਰ ਕਹਿੰਦਾ ਜਦੋਂ ਅਸੀਂ ਉਹਨਾਂ ਲਾਸ਼ਾਂ ਨੂੰ ਬਾਅਦ ਚੁੱਕਿਆ, ਕਿਉਂਕਿ 912 ਦੇ 12 ਹੀ 15 ਮਿੰਟ ਦੇ ਵਿੱਚ ਵਿੱਚ ਇਹਨਾਂ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤੇ, 1 ਵੀ ਨਹੀਂ ਬਚਿਆ 912 ਵਿੱਚੋਂ। ਔਰ ਜਦੋਂ ਅਸੀਂ ਇਹਨਾਂ ਦੀਆਂ ਲਾਸ਼ਾਂ ਲਾਂਭੇ ਹਟਾਈਆਂ ਬਾਅਦ ਵਿੱਚ, ਇਹ ਲਾਸ਼ਾਂ ਕਿੰਨੇ ਦਿਨ ਪਈਆਂ ਰਹੀਆਂ? 8 ਜੂਨ ਤੱਕ ਇਹ ਲਾਸ਼ਾਂ ਪਈਆਂ ਰਹੀਆਂ। ਕਹਿੰਦਾ ਅਸੀਂ ਵੇਖ ਕੇ ਦੰਗ ਰਹਿ ਗਏ, ਇਹ ਉਹ ਰੌਂਦ ਸਨ ਜਿਹੜੇ ਟੈਂਕ ਦੇ ਵਿੱਚ ਵੀ ਛੇਕ ਪਾ ਸਕਦੇ ਸਨ। ਉਹ ਰੌਂਦ ਇਹਨਾਂ ਕਮਾਂਡੋ ਦੇ ਸਰੀਰ ਚੋਂ ਨਿਕਲੇ, ਕਿਉਂਕਿ ਉਹਨਾਂ ਦੀਆਂ ਬੁਲਟ ਪਰੂਫ ਜੈਕਟਾਂ ਦੇ ਉੱਤੇ ਮਾੜਾ ਰੌਂਦ ਫਾਇਰ ਨਹੀਂ ਸੀ ਕਰ ਸਕਦਾ। ਇਹ ਮੈਂ ਬਾਹਰਲੀ ਸਥਿਤੀ ਦੱਸ ਰਿਹਾ ਹਾਂ। ਜਦੋਂ 912 ਕਮਾਂਡੋ ਖਾਲਸਾਈ ਫੌਜਾਂ ਨੇ ਮਾਰ ਦਿੱਤੇ, ਹੁਣ ਨਿਰੀ ਇੱਕ ਪਾਸੇ ਦੀ ਕਾਰਵਾਈ ਅਸੀਂ ਨਾ ਗਿਣਦੇ ਰਹੀਏ, ਆਓ ਅਸੀਂ ਦੂਸਰੇ ਪਾਸੇ ਚੱਲਦੇ ਹਾਂ। ਇਹ ਦੱਸਦੀ ਕਲਪ